ਯੇਦੀਯੂਰੱਪਾ ਨੇ ਕਰਨਾਟਕਾ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ਼। ਬੀ.ਐਸ. ਯੇਦੀਯੂਰੱਪਾ ਨੇ ਅੱਜ ਕਰਨਾਟਕਾ ਦੇ ਮੁੱਖ ਮੰਤਰੀ ਵਜੋਂ ਹਲਫ਼ ਚੁੱਕ ਲਿਆ। ਉਹ ਤੀਸਰੀ ਵਾਰ ਕਰਨਾਟਕਾ ਦੇ ਮੁੱਖ ਮੰਤਰੀ ਬਣੇ ਹਨ। ਸਹੁੰ ਚੁੱਕ ਸਮਾਗਮ ਦੌਰਾਨ ਉਹਨਾਂ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਉੱਥੇ ਹੀ ਸ਼ਿਵ ਸੈਨਾ ਦਾ ਮੰਨਣਾ ਹੈ ਕਿ ਯੇਦੀਯੂਰੱਪਾ ਨੇ ਸਹੁੰ ਤਾਂ ਚੁੱਕ ਲਈ ਹੈ, ਪਰ ਬਹੁਮਤ ਸਾਬਤ ਕਰਨਾ ਬਹੁਤ ਔਖਾ ਹੋਵੇਗਾ। ਜ਼ਿਕਰਯੋਗ ਹੈ ਕਿ ਬੀ.ਐਸ. ਯੇਦੀਯੂਰੱਪਾ ਨੂੰ ਬਹੁਮਤ ਸਾਬਤ ਕਰਨ ਲਈ 15 ਦਿਨ ਦਾ ਖੁੱਲ੍ਹਾ ਸਮਾਂ ਮਿਲਿਆ ਹੈ।